अच्छा जी, ऐ घुम रही है, हुण सीधे चक्कर है। बिस्मिल्लाहिर्रहमानिर्रहीम, अस्सलामुअलैकुम। हाँ जी शहजादे, की हाल है? ठीक ठाक जे? मैं उम्मीद करना तुसी ठीक होवोगे। अलहमदुलिल्लाह, मैं भी ठीक। तो करते हैं अज्ज दे व्लॉग दा आगाज़। तो व्लॉग दा आगाज़ तो पहले गुजारिश है कि जिहड़े वीर मेरे चैनल ते नवे ने, वो मेरे चैनल डेली व्लॉग नूं सबसक्राइब कर लैन। तो करते हैं अज्ज वीडियो शुरू, देखते हैं जी मोटरसाइकिल पहली कैसे स्टार्ट हुंदा कि नहीं। बिस्मिल्लाहिर्रहमानिर्रहीम, मोटरसाइकिल कर लिया जी स्टार्ट ताकि गर्म हो जाए। दुल्ला बेटा की कर रहे हैं? बेटा चाय है पापा दी। ये पापा दी चाय है, ये पापा दी चाय है। मिट्टी पाती है ना बिच? मिट्टी पाती है ना बिच? गंदा है जी। मोटर नू ना बैरंग पाया ने तो सील पाई है ना, बैरंग के पुराने कटते थे, ये काफ़ी ज़्यादा आवाज़ दे रही है। इंशाल्लाह इन फिट करके आने। जी बोर इतने फिटिंग करनी है। जी कनेक्शन असी कर ले, हुण इहनू करने आ चेक। चलाग करो तुसी। चलावा? हाँ जी चलाओ। 3.7 अंपेयर। मैनू कॉल आई नूं तकरीबन घरों एक घंटा हो गया, तो हुण असर दी नमाज़ दा टाइम हो गया। चाय वास्ते कॉल आई सी भी चाय पीजो, चाय मैं पी नहीं सकिया, तो हुण चलने अगर लभ गई तो चाय पी के आना। सर है जी माशाल्लाह अज वाकर बेच की करता सी मेरा शहजादा, की करता मेरा शहजादा। पापा ना सलाम लै। अस्सलाम वालेकुम। शाम लै इदा लगता इदा। की हाल है? अजान होंगी भी लाई ला करिए, हैं लाई ला करिए। कितने खड़ना मेरे पोते ने खिंच के कितने खड़ना? तो काम करना दस दिन अब्दुल हादी, तू बंदा खराब हो गया, तंग करना मैं, तंग नहीं करी था बेटा। अल्हम्दुलिल्लाह मैं आ गया दुकान पर, तो नमाज का टाइम जा रहा है असर, तो हूँ मैं पहले कोशिश करूँगा असर दिन नमाज पढ़ लिए ताकि नमाज वाला काम हो अल्लाह के हुक्म नाल फाइनल, फिर जो काम हो इंशाल्लाह करना। नमाज ले जी अलहमदुल्ला पढ़े, नमाज इस वास्तव दुकान पर पढ़ी आ क्योंकि दुकान पर कोई नहीं सी।
ਅਤੇ ਫਿਰ ਇਸ ਵਾਸਤੇ ਮੈਂ ਨਮਾਜ਼ ਪੜ੍ਹ ਲਈ ਦੁਕਾਨ 'ਤੇ। ਨਵੀਨ ਨੇ ਕੀਤੀ ਸੀ ਛੁੱਟੀ, ਕਹਿ ਰਿਹਾ ਸੀ ਵੀ ਅੱਜ ਮੈਂ ਨਹੀਂ ਆਉਣਾ, ਅਤੇ ਹੁਣੇ ਆਇਆ ਸੀ ਨਵੀਨ ਲੈ ਕੇ ਖਤਮ ਵਾਸਤੇ ਰੋਟੀ, ਅਤੇ ਇੱਥੇ ਹੁਣ ਮੈਂ ਖਤਮ ਪੜ੍ਹਿਆ ਵਾ, ਖਤਮ ਪੜ੍ਹ ਕੇ ਅਤੇ ਹੁਣ ਨਵੀਨ ਲੈ ਕੇ ਜਾਏਗਾ, ਕਿਸੇ ਗਰੀਬ ਨੂੰ ਮਸਕੀਨ ਨੂੰ ਖਵਾਏਗਾ, ਅਤੇ ਅੱਲਾ ਪਾਕ ਉਹਦਾ ਜਿਹੜਾ ਅਜਰ ਆ ਉਹ ਇਹਦੇ ਵਾਲਾ ਸਭ ਨੂੰ ਦੇਣਗੇ। ਜਿਸ ਟਾਈਮ ਮੈਂ ਨਮਾਜ਼ ਪੜ੍ਹੀ ਆ ਉਸ ਟਾਈਮ 'ਤੇ ਕੋਈ ਵੀ ਮੇਰੀ ਦੁਕਾਨ 'ਤੇ, ਹੁਣ ਮਾਸ਼ਾਅੱਲਾ ਮੂੰਗਫਲੀ ਵੀ ਆ ਗਈ ਆ, ਅਤੇ ਨਵੀਦ ਵੀ ਆ ਗਿਆ, ਅਤੇ ਮੁਸਲਿਮ ਭਾਈ ਵੀ ਆ ਗਿਆ, ਹੁਣ ਮੂੰਗਫਲੀ ਖਾਂਦੇ ਹਾਂ। ਆਇਆ ਜੀ ਹੁਣ ਨਵੀਦ ਆ ਕੇ ਬਹਿ ਗਿਆ, ਸਾਰੀ ਦਿਹਾੜੀ ਰੈਸਟ ਮਾਰੀ ਇਹਨੇ, ਕਰਦਾ ਪਤਾ ਨਹੀਂ ਕੀ ਰਿਹਾ, ਕੀ ਕਰਦਾ ਰਿਹਾ ਸਾਰੀ ਦਿਹਾੜੀ? ਮੈਂ ਬੜਾ ਕੰਮ ਕੀਤਾ, ਬੜਾ ਕੰਮ ਕੀਤਾ। ਕਿਹੜਾ? ਬੜਾ 15 ਚੱਕਰ ਅੱਡੇ ਦੇ ਲੈਣ। ਅੱਲਾ ਇਹ ਜੀ ਮੂੰਗਫਲੀ ਆ, 90ਵੇਂ ਹਿੱਸੇ ਦੀ ਆ ਰਹੀ ਹੈ, ਜਿਹੜੇ ਹਿੱਸੇ 'ਚ ਨਹੀਂ ਆ ਗਈ। ਵਾਹ ਜੀ ਵਾਹ, ਵਾਹ ਜੀ ਵਾਹ। ਥੋੜ੍ਹੀ ਪਰ ਅੱਗੇ ਉਹਨੇ ਹਾਂ ਤਾਜ਼ੀ ਕੱਢੀ ਨਹੀਂ ਸੀ, ਮੈਂ ਗਰਮ ਕੱਢੂੰਗੇ ਹੋਰ ਲੈ ਜਾਊਂਗਾ। ਅੱਛਾ ਚਲੋ, ਸੂਰਜ ਵੀ ਤਕਰੀਬਨ ਜੀ ਆਪਣੀ ਆਖਰੀ ਸਾਹ ਲੈ ਰਿਹਾ, ਗਰੂਬ ਹੋਣ ਵਾਲਾ। ਬੱਕਰੀਆਂ ਆਈਆਂ ਛਿਲਣਾ ਖਾਣ, ਨਵੀਨ ਨੇ ਭਜਾ ਤੀ। ਕੀ ਹਾਲ ਆ? ਅਮਨ ਜਾ ਰਹੇ ਹਾਂ ਬੱਕਰੀਆਂ, ਕੰਮ ਬੜਾ ਰੱਖਿਆ ਜੀ, ਕੀ ਕਰੀਏ। ਆਹ ਹੈ ਜੇ ਮਸ਼ੀਨ ਟਾਇਰ ਖੋਲਣ ਵਾਲੀ ਨਾ, ਜਿਹੜੀ ਟਿਊਬਲੈਸ ਟਾਇਰ ਖੋਲਦੀ ਆ, ਅਤੇ ਇਹਨੇ ਚੌਧਰੀ ਸਾਹਿਬ ਹੋਣਾ ਮੈਨੂੰ ਆਵਾਜ਼ ਸੀ, ਆਵਾਜ਼ ਸ਼ਕਲ ਜੀ ਤੁਸੀਂ ਦੇਖ ਸਕਦੇ ਲਿਆਸ ਜੱਟ। ਅਤੇ ਮੈਂ ਹੁਣ ਕਿਹਾ ਮਸ਼ੀਨ ਮੈਨੂੰ ਚਲਾ ਕੇ ਦਿਖਾ, ਅਤੇ ਲਿਆਸ ਦਿਖਾ ਚਲਾ ਕੇ। ਅੱਛਾ ਜੀ ਇਹ ਘੁੰਮ ਰਹੀ ਆ ਹੁਣ ਸਿੱਧੇ ਚੱਕਰ, ਅਤੇ ਇਹ ਜਿਹੜਾ ਹੈਂਡਲ ਲੱਗਾ ਨਾ ਇਹ ਜਿਹੜਾ, ਹਾਂ ਅਗਰ ਤਾਂ ਚੁੱਕਾਂਗੇ ਤਾਂ ਪੁੱਠੇ ਚੱਕਰ, ਅਗਰ ਦਬਾਵਾਂਗੇ ਤਾਂ ਸਿੱਧੇ ਚੱਕਰ। ਇਹ ਜੀ ਟਿਊਬਲੈਸ ਟਾਇਰ ਖੋਲਦੀ ਆ ਗੱਡੀਆਂ ਦੇ, ਕਾਰਾਂ ਵਗੈਰਾ ਹੋ ਗਈਆਂ। ਇਹ ਜੀ ਇਹਦਾ ਸਿਸਟਮ। ਅੱਛਾ ਜੀ ਇਹ ਇਹ ਸਿਸਟਮ ਦਾ ਕੀ ਕੰਮ? ਇਹਦੇ ਨਾਲ ਖੁੱਲ੍ਹਦਾ। ਅੱਛਾ ਇਹਦੇ ਨਾਲ ਬੰਦ ਹੁੰਦਾ। ਅੱਛਾ 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 ਅੱਛਾ, ਮਤਲਬ ਟਾਇਰ ਵਿੱਚ ਫਸਾ ਗਏ ਇਹਦੇ, ਅਤੇ ਥੱਲੋਂ ਪੈਰ ਦਬਾਉਣਾ, ਉਹਨੇ ਟਾਇਰ ਨੂੰ ਖੋਲ੍ਹ ਦੇਣਾ, ਰਿਮ ਦੇ ਵਿੱਚ ਫਸ ਜਾਏਗਾ ਚੈੱਕ। ਅੱਛਾ ਅੱਛਾ ਇਹ ਰਿਮ ਕਾਬੂ ਕਰਨ ਵਾਸਤੇ ਆ ਜਿਹੜਾ। ਅੱਛਾ ਜੀ ਵੀਰੋ ਇਹ ਹੈ ਜੀ ਰਿਮ ਕਾਬੂ ਕਰਨ ਵਾਸਤੇ ਨਾ, ਇਹ ਚਾਰ ਜਿਹੜੇ ਇਹਦੇ ਪੈਰ ਲੱਗੇ ਹੋਏ ਨੇ, ਜਿਹੜਾ ਤੀਸਰਾ ਥੱਲੇ ਪੈਰ ਬਣਿਆ ਇਹ ਫਸ। ਅੱਛਾ ਇਹ ਅਜ਼ਾਫੀ ਹੁੰਦਾ ਨਾਲ। ਅੱਛਾ ਇਹਦਾ ਕੀ ਕੰਮ? ਛਡਾਉਣ ਵਾਸਤੇ, ਰਿਮ ਨੂੰ ਛਡਾਉਣ ਵਾਸਤੇ। ਅੱਛਾ ਜੀ ਰਿਮ ਨੂੰ ਛਡਾਉਣ ਵਾਸਤੇ ਇਹ ਹੈ ਜੀ ਇਹਦਾ ਲਿਵਰ, ਜਿਹਦੇ ਨਾਲ ਟਾਇਰ ਵਗੈਰਾ ਖੋਲ੍ਹਦੇ ਨੇ। ਹਾਂਜੀ ਮਾਸ਼ਾਅੱਲਾ ਜੀ ਮਗਰਬ ਦੀਆਂ ਅਜ਼ਾਨਾਂ ਹੋ ਗਈਆਂ ਨੇ, ਅਤੇ ਹੁਣ ਚੱਲਦੇ ਹਾਂ, ਚੱਲ ਕੇ ਘਰ ਨਮਾਜ਼ ਪੜ੍ਹਦੇ ਹਾਂ, ਅਤੇ ਅਬਦੁੱਲਾ ਦੀ ਚੀਜ਼ ਵਗੈਰਾ ਲੈਣੀ ਸੀ ਉਹ ਮੈਂ ਲੈ ਲਈ ਹੈ ਇੱਥੋਂ। ਆ ਜੀ ਸ਼ਾਮ ਦੇ ਟਾਈਮ ਦਾ ਨਾ ਮਗਰਬ ਤੋਂ ਬਾਅਦ ਦਾ ਨਜ਼ਾਰਾ, ਮਾਸ਼ਾਅੱਲਾ ਬੱਦਲ ਥੋੜ੍ਹੇ ਥੋੜ੍ਹੇ ਅੱਖਾਂ ਕੱਢਣ ਦਏ ਨੇ, ਅੱਲਾ ਪਾਕ ਖੈਰ ਕਰੇ। ਇਹਦੀ ਵੀਡੀਓ ਸਾਡੀ ਇੱਥੇ ਤੱਕ ਹੀ, ਕੱਲ੍ਹ ਮਿਲਾਂਗੇ ਅਸੀਂ ਨਵੀਂ ਵੀਡੀਓ ਨਾਲ। ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਵੀਡੀਓ ਨੂੰ ਲਾਈਕ ਕਰਿਓ। ਅੱਲਾ ਹਾਫਿਜ਼ ਐਂਡ ਟੇਕ ਕੇਅਰ।